ਜਦੋਂ 1999 ਵਿੱਚ ਕਾਰਗਿਲ ਯੁੱਧ ਹੋਇਆ ਸੀ, ਜਦੋਂ ਅਸੀਂ ਕਾਰਗਿਲ ਫਤਿਹ ਕੀਤੀ ਸੀ, ਉਸ ਤੋਂ ਬਾਅਦ ਸਾਡੇ ਦੇਸ਼ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਵਾਜਪਾਈ ਸਾਹਿਬ ਨੇ ਵਿਜੇ ਦਿਵਸ ਦੇ ਤੌਰ 'ਤੇ ਦਿਨ ਨੂੰ ਚੁਣਿਆ ਸੀ, ਕਿਉਂਕਿ ਜਿਹੜਾ ਸਾਡਾ ਦੇਸ਼ ਆ, ਚਾਰੋਂ ਪਾਸਿਓਂ ਵਿਰੋਧੀ ਦੇਸ਼ ਨੇ ਜਿਹੜੇ ਸਾਡੇ ਲੱਗਦੇ ਵਿਰੋਧ ਨੇ ਸਾਡੇ, ਉਹਨਾਂ 'ਚ ਘਿਰਿਆ ਹੋਇਆ, ਚਾਹੇ ਚਾਈਨਾ ਹੋਵੇ, ਪਾਕਿਸਤਾਨ ਹੋਵੇ, ਉਹ ਹਮੇਸ਼ਾ ਤਾਂਗ 'ਚ ਰਹਿੰਦਾ ਵੀ ਭਾਰਤ ਨੂੰ ਕਿਸੇ ਨਾ ਕਿਸੇ ਤਰੀਕੇ ਨੁਕਸਾਨ ਪਹੁੰਚਾਇਆ ਜਾ ਸਕੇ। ਪਰ ਜਿਹੜੇ ਸਾਡੇ ਸਰਹੱਦਾਂ 'ਤੇ ਸੈਨਿਕ ਜਵਾਨ ਬੈਠੇ ਨੇ, ਉਹ ਬੜੀ ਮੁਸਤੈਦੀ ਨਾਲ ਦੁਸ਼ਮਣ ਦੇਸ਼ਾਂ ਦੀਆਂ ਚਾਲਾਂ ਨੂੰ ਨਹੀਂ ਚੱਲਣ ਦਿੰਦੇ ਅਤੇ ਆਪਣੇ ਦੇਸ਼ ਦੇ ਲਈ ਹਰ ਵਕਤ ਮੁਤੈਦ ਰਹਿੰਦੇ ਨੇ, ਕੁਰਬਾਨੀ ਦੇਣ ਲਈ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਬਰਕਰਾਰ ਲਏ ਉਹਦੇ ਲਈ, ਚਾਹੇ ਗਲੇਸ਼ੀਅਰ ਹੋਵੇ, ਚਾਹੇ ਤਪਦਾ ਰੇਗਿਸਤਾਨ ਹੋਵੇ, ਚਾਹੇ ਕਿੰਨਾ ਵੀ ਦੁਖੀ ਕਠਿਨ ਰਸਤਾ ਹੋਵੇ, ਉੱਥੇ ਖੜ੍ਹੇ ਰਹਿੰਦੇ ਨੇ। ਅਤੇ ਇਸ ਲਈ ਬੇਗੋਵਾਲ ਪਿੰਡ 'ਚ ਇਹ ਵਿਜੇ ਦਿਵਸ ਮਨਾਇਆ ਜਾਂਦਾ, ਕਿਉਂਕਿ ਪਿਛਲੀਆਂ ਲੜਾਈਆਂ ਅੰਦਰ ਬੇਗੋਵਾਲ ਪਿੰਡ 'ਚ 8 ਸਾਡੇ ਸੈਨਿਕ ਜਵਾਨ ਸ਼ਹੀਦ ਹੋਏ ਸੀ ਸਮੇਂ ਸਮੇਂ 'ਤੇ, ਉਹਨਾਂ ਨੂੰ ਸਮਰਪਿਤ ਪਿੰਡ ਦੀ ਪੰਚਾਇਤ ਵੱਲੋਂ, ਇਲਾਕੇ ਦੇ ਪਤਵੰਤਿਆਂ ਵੱਲੋਂ, ਸਾਬਕਾ ਸੈਨਿਕਾਂ ਵੱਲੋਂ ਰਲ ਕੇ ਵਿਜੇ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ। ਬਿਲਕੁਲ, ਬੇਗੋਵਾਲ ਪਿੰਡ ਆ ਜਿਹੜਾ ਬਹੁਤ ਅਗਾਂਹ ਵਧੂ ਸੋਚ ਦਾ ਮਾਲਕ ਆ। 1993 'ਚ ਇਹ ਪਿੰਡ ਨੂੰ ਪੰਜਾਬ ਦਾ ਬਹੁਤ ਵਧੀਆ ਪਿੰਡ ਹੋਣ ਦਾ ਮਾਣ ਪ੍ਰਾਪਤ ਹੋਇਆ ਹੋਇਆ। ਅਸੀਂ ਅੱਜ ਵੀ ਲੱਗੇ ਹੋਏ ਹਾਂ ਪੰਚਾਇਤ ਦੇ ਨਾਲ ਰਲ ਕੇ, ਸਾਡੇ ਪਤਵੰਤੇ ਸੱਜਣਾਂ ਨਾਲ ਰਲ ਕੇ, ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਸਰ ਰਾਜਵਿੰਦਰ ਸਿੰਘ ਜੀ ਮਾਂਗਟ, ਉਹਨਾਂ ਦੇ ਸਹਿਯੋਗ ਸਦਕਾ ਪੰਜਾਬ ਸਰਕਾਰ ਵੱਲੋਂ ਵੀ ਵੱਡੇ ਪੱਧਰ 'ਤੇ ਅਸੀਂ ਗ੍ਰਾਂਟਾਂ ਭੇਜ ਚੁੱਕੇ ਹਾਂ, ਅਤੇ ਨਾਲ ਦੀ ਨਾਲ ਪੰਚਾਇਤ ਘਰ ਨਵਾਂ ਬਣਾ ਦਿੱਤਾ, ਅਤੇ ਸੋਲਿਡ ਵੇਸਟ ਮੈਨੇਜਮੈਂਟ ਜਿਹੜਾ ਗਿੱਲਾ ਕੂੜਾ ਸੁੱਕਾ ਕੂੜਾ ਘਰਾਂ 'ਚ ਹੁੰਦਾ ਨੂੰ ਬਾਹਰ ਲੈ ਕੇ ਆਉਣਾ, ਉਹਦੇ ਪ੍ਰੋਜੈਕਟ 2 ਚੱਲ ਰਹੇ ਨੇ, ਗਲੀਆਂ ਨਾਲੀਆਂ ਦੇ ਚੱਲ ਰਹੇ ਨੇ। ਖਾਸ ਤੌਰ 'ਤੇ ਐਸ ਸੀ ਭਰਾਵਾਂ ਦੀ ਧਰਮਸ਼ਾਲਾ ਦਾ ਕੰਮ ਬੜੀ ਜਲਦੀ ਸ਼ੁਰੂ ਕਰਾ ਰਹੇ ਹਾਂ। ਕਿਸੇ ਵੀ ਕਿਸਮ ਦੀ ਸਰਕਾਰ ਵੱਲੋਂ ਵੀ ਅਤੇ ਪਿੰਡ ਵਾਲਿਆਂ ਵੱਲੋਂ ਵੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਂਦੀ, ਅਤੇ ਪਿੰਡ ਦੀ ਡਿਵੈਲਪਮੈਂਟ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ। ਰਾਜਿੰਦਰ ਸਿੰਘ, ਹਾਂਜੀ, ਇੱਥੇ ਸਾਡੇ ਵੱਖ ਵੱਖ ਲੜਾਈਆਂ ਦੇ ਵਿੱਚ 8 ਸ਼ਹੀਦ ਹੋਏ ਨੇ, ਉਹਨਾਂ ਦੀ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਅਸੀਂ ਹਰ 16 ਦਸੰਬਰ ਨੂੰ ਵਿਜੇ ਦਿਵਸ ਦੇ ਤੌਰ 'ਤੇ ਮਨਾਉਂਦੇ ਹਾਂ, ਅਤੇ ਅੱਜ ਵੀ ਇਸ ਤਰ੍ਹਾਂ ਮਨਾ ਰਹੇ ਹਾਂ ਅਸੀਂ। ਇਹ ਸਾਡੇ ਡਿਵੈਲਪਮੈਂਟ ਦੇ ਤਰੀਕੇ ਜਿਹੜੀ ਸਰਕਾਰ ਕਰ ਰਹੀ ਆ ਉਹ ਤਾਂ ਵੱਖਰਾ ਕਰ ਰਹੀ ਆ। ਉਸ ਤੋਂ ਇਲਾਵਾ ਜਿਵੇਂ ਸਾਡੇ NRE ਭਰਾ ਨੇ, ਜਿਹਦੇ ਵਿੱਚ ਮੋਹਰੀ ਨੇ ਸਰਦਾਰ ਅਜੀਤ ਸਿੰਘ ਗਰਚਾ ਅਤੇ ਬਲਜੀਤ ਸਿੰਘ ਗਰਚਾ, ਅਤੇ NRE ਬ੍ਰਦਰਸ ਨੇ, ਔਰ ਜਿਵੇਂ ਕਿ ਹਰਵਿੰਦਰ ਸਿੰਘ ਗਹੀਰ ਲਾ ਆਫਿਸ ਕੈਨੇਡਾ ਦੇ ਵਿੱਚ, ਅਤੇ ਮਨਰੀਤ ਸੰਧੂ ਨੇ, ਹਰਫ ਗਰੇਵਾਲ ਨੇ, ਉਹ ਬਹੁਤ ਸਾਨੂੰ ਸਾਡੇ ਗਿੱਲ ਸਾਹਿਬ ਨੇ, ਔਰ ਦੂਸਰੇ ਸਾਡੇ ਆਪਣੇ ਜਗਰਾਉਣ ਵਾਲੇ ਨੇ ਢਿੱਲੋਂ ਸਾਹਿਬ, ਉਹਨਾਂ ਨੇ ਵੀ ਸਾਨੂੰ 2-2.5 ਲੱਖ ਰੁਪਈਆ ਦੇ ਰਹੇ, 5-5 ਲੱਖ ਰੁਪਈਆ ਸਾਨੂੰ ਉਹਦੇ ਵਾਂਗ ਪਾਇਆ, ਤਾਂ ਕਿ ਜਿਹੜੀ ਆ ਡਿਵੈਲਪਮੈਂਟ ਚੱਲ ਰਹੀ ਆ ਉਹਨਾਂ ਦਾ, ਜਿਹੜਾ ਕਿ ਸਰਕਾਰੀ ਖਰਚਾ ਕਰਦੇ ਹੋ ਸਰਕਾਰੀ ਤੌਰ 'ਤੇ ਕਰਦੇ ਹਾਂ, ਜਿਹੜਾ ਵੱਖ ਵੱਖ ਪਿੰਡ ਨੂੰ ਹਾਰਸ਼ਗਾਰ ਲਾਉਣ ਵਾਸਤੇ ਅਸੀਂ NRE ਭਰਾਵਾਂ ਦੇ ਨਾਲ ਕਰ ਰਹੇ ਹਾਂ। ਮੈਂ ਕੈਪਟਨ ਜਰਨੈਲ ਸਿੰਘ ਜਲਾਜਣ, ਅੱਜ ਦਾ ਜਿਹੜਾ ਵਿਜੇ ਦਿਵਸ ਹੈ, ਮੈਂ ਬੇਗੋਵਾਲ ਦੇ ਤਮਾਮ ਆਵਾਮ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਕਿ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਹਮੇਸ਼ਾ ਹੀ ਯਾਦ ਕਰਦੇ ਰਹਿੰਦੇ ਨੇ, ਅਤੇ ਬਹੁਤ ਹੀ ਇਹ ਸ਼ਲਾਘਾਯੋਗ ਕੰਮ, ਕਿਉਂਕਿ ਸ਼ਹੀਦ ਤਾਂ ਕੌਮ ਦਾ ਸਰਮਾਇਆ ਹੁੰਦੇ ਨੇ, ਇਹ ਤਾਂ ਹਮੇਸ਼ਾ ਹੀ ਯਾਦ ਕਰਨੇ ਚਾਹੀਦੇ ਨੇ। ਬੇਗੋਵਾਲ ਦੇ ਨਗਰ ਨਿਵਾਸੀਆਂ ਨੇ ਇੱਕ ਰਵਾਇਤ ਰੱਖੀ ਹੈ ਕਿ ਸ਼ਹੀਦਾਂ ਨੂੰ ਬਹੁਤ ਸਨਮਾਨ ਦੇਣਾ ਹੈ। ਅੱਜ ਜਿਹੜਾ ਸਭ ਤੋਂ ਪਹਿਲਾਂ ਝੰਡੇ ਦੀ ਰਸਮ ਅਦਾ ਕੀਤੀ ਗਈ, ਉਸ ਤੋਂ ਬਾਅਦ ਪੰਜਾਬ ਪੁਲਿਸ ਦੀ ਟੁਕੜੀ ਨੇ ਉਹਨਾਂ ਨੂੰ ਸ਼ਰਧਾ ਅਤੇ ਸਤਿਕਾਰ ਦੇ ਨਾਲ ਰਾਸ਼ਟਰੀ ਸਲੂਟ ਸਲਾਮੀ ਸ਼ਸਤਰ ਦਿੱਤਾ ਗਿਆ। ਫਿਰ ਛੋਟੇ ਬੱਚਿਆਂ ਨੇ ਜਨ ਗਣ ਗਣ ਦਾ ਗਾਇਨ ਕੀਤਾ, ਅਤੇ ਸ਼ਹੀਦਾਂ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਨ ਵਾਸਤੇ ਰੀਥਲਿੰਗ ਅਤੇ ਫੁੱਲਾਂ ਦੇ ਨਾਲ ਉਹਨਾਂ ਦਾ ਸਨਮਾਨ ਕੀਤਾ ਗਿਆ। ਇਹ ਸਾਰੀ ਕਾਰਵਾਈ ਕਰਨ ਸਾਰੇ ਹੀ ਸ਼ਹੀਦ ਪਰਿਵਾਰਾਂ ਦਾ ਅਤੇ ਪਤਵੰਤੇ ਸੱਜਣਾਂ ਦਾ, ਸਾਬਕਾ ਸੈਨਿਕਾਂ ਦਾ, ਇਨਕਲੂਡਿੰਗ ਮੈਂ ਵਿੱਚੇ ਕਹਾਂਗਾ ਕਿ ਸਾਰਿਆਂ ਦਾ ਸਨਮਾਨ ਇਹਨਾਂ ਨੇ ਕੀਤਾ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਮੈਂ ਨਗਰ ਨਿਵਾਸੀ ਸਾਰੇ ਗ੍ਰਾਮ ਪੰਚਾਇਤ ਨਗਰ ਨਿਵਾਸੀ ਬੇਗੋਵਾਲ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ, ਜਿਹੜਾ ਕਿ ਐਡਾ ਬੜਾ ਉਪਰਾਲਾ ਕਰਕੇ
इत्थे ही नहीं बल्कि पूरे हिंदुस्तान की दुनिया दे विच ना रोशनी चिराग कर रहे हैं। गुरु साहिबाना दे पैरोकार जिन्हां ने जबर जुल्म दे टाकरे लई सानू खड़े होण दा मन दित्ता ते शक्ति दे